ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਭ ਭਾਈ ਵੀਰ ਸਿੰਘ ਜੀ ਦੀ ਇੱਕ ਵਿਸਮਾਦਤ ਤੇ ಅಮੂਲਕ ਰਚਨਾ ਹੈ ਰਾਣਾ ਸੂਰਤ ਸਿੰਘ ਆ ਉਸ ਦਾ ਅਗਲਾ ਇਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਇਹ 21ਵਾਂ ਭਾਗ ਹੈ ਜਿਸ ਦਾ ਸਿਰਲੇਖ ਹੈ ਪਤੀ ਦੇ ਪਤਰ ਇਸ ਲਿਖਤ ਨੂੰ ਦੋ ਐਸਿਆਂ ਵਿੱਚ ਪਹਿਲੇ ਪੜਿਆ ਜਾ ਚੁੱਕਿਆ ਹੈ ਕਿਉਂਕਿ ਲਿਖਤ ਬਹੁਤ ਵੱਡੀ ਹੈ ਹੁਣ ਤੀਸਰਾ ਭਾਗ ਆਪ ਜੀ ਦੇ ਸਾਹਮਣੇ ਪੜ ਰਹੇ ਹਾਂ ਜਿਸ ਵਿੱਚ ਅਸੀਂ ਚਾਰ ਪੱਤਰ ਪੜਾਂਗੇ 8 ਤੋਂ ਲੈ ਕੇ 12 ਤੱਕ ਆਓ ਪਿਆਰ ਨਾਲ ਸਰਵਣ ਕਰੀਏ ਜੀ 8ਵਾਂ ਪੱਤਰ ਇਕਾਂਤ ਇਕਾਂਤ ਕਹੋ ਇਕਾਂਤ ਕੀ ਇਕਾਂਤ ਹੈ ਦੋ ਪੰਤੀ ਇਕਾਂਤ ਗੁਰਮੁਖ ਆਖ ਦੇ ਰਹਿਣਾ ਜੰਗਲ ਵਿੱਚ ਨਦੀ ਕਿਨਾਰੇ ਪਰਬਤ ਧਾਰਾ ਕੁਖ ਵਿੱਚ ਉਜਾੜ ਦੇ ਜਿੱਥੇ ਦੂਜਾ ਕੋਲ ਹੋਏ ਨਾ ਆਦਮੀ ਖਾਉਣ ਪੀਵਣ ਸੌਣ ਪਹਿਨਣ ਵਾਸਤੇ ਮਨੁਖ ਉਪਰ ਹੋਏ ਆਸਰਾ ਮੂਲ ਨ ਪਵੇ ਨਾ ਆਏ ਲੋੜ ਕੋਈ ਆ ਮਿਲੇ ਪਰ ਚਾਹੀਏ ਦਿਲਚਲ ਮਿਲਕੇ ਮਿੱਤਰਾ ਆਪੇ ਹੋਵੇ ਮਿੱਤਰ ਆਪਣੇ ਆਪ ਦਾ ਆਪੇ ਹੋਵੇ ਦਾਸ ਆਪਣੇ ਆਪ ਦਾ ਹਾਂਜੀ ਆਪੇ ਹੋਵੇ ਮਿੱਤਰ ਆਪਣੇ ਆਪ ਦਾ ਆਪੇ ਹੋਵੇ ਦਾਸ ਆਪਣੇ ਆਪ ਦਾ ਪਰ ਵਿੱਚ ਇਸ ਏਕਾਂਤ ਦੁਰਕਟ ਵਸਣ ਜੇ ਕੋਈ ਹੱਠ ਨੂੰ ਧਾਰ ਰਹਿ ਇਕਲੜਾ ਲਿਵ ਤੇ ਰਸਤੋਂ ਹੀਨ ਵਹਿਸ਼ਤ ਛਾਉਂਦੀ ਹਾਂਜੀ ਜੇ ਕੋਈ ਹੱਠ ਨੂੰ ਧਾਰ ਰਹਿ ਇਕਲੜਾ ਲਿਵ ਤੇ ਰਸਤੋਂ ਹੀਨ ਵਹਿਸ਼ਤ ਛਾਉਂਦੀ ਜੇ ਸਿਰ ਤੇ ਹੋਏ ਰੱਬ ਉਸ ਪਰ ਆਸ ਹੋ ਉਸ ਵਿੱਚ ਹੋ ਲਿਵ ਲੀਨ ਖਿੜਿਆ ਕਉਲ ਹੋ ਤੇ ਪ੍ਰਾਪਤ ਸਤਸੰਗ ਹੋ ਅਣਦਿਸਦਾ ਉਹ ਵਸ ਇਸ ਇਕਾਂਤ ਹੈ ਵੇ ਵਸਦਾ ਫਿਰ ਦੁਰਾਦਈਏ ਜੇ ਸਿਰਤੇ ਹੋਏ ਰੱਬ ਉਸ ਪਰ ਆਸ ਹੋ ਉਸ ਵਿੱਚ ਹੋਲੇ ਵਲੀਨ ਖਿੜਿਆ ਕਉਲ ਹੋ ਤੇ ਪ੍ਰਾਪਤ ਸਤਸੰਗ ਹੋ ਅਣਦਿਸਦਾ ਉਹ ਵਸ ਇਸ ਇਕਾਂਤ ਹੈ ਵੇ ਸਕਦਾ ਉਸ ਦੀ ਕੁਦਰਤ ਸੇਵ ਕਰਨ ਦੀ ਆਪ ਹੈ ਗੁੰਗੇ ਬੂਟੇ ਬਿਰਛ ਛਾਇਆ ਦੇਵ ਦੇ ਠੰਡਕ ਦੇਵਣ ਨਾਲ ਕਰਨ ਹਿਸਾਨ ਨਾ ਨਾਲੇ ਭੋਜਨ ਦੇਣ ਫਲ ਫੁੱਲ ਆਪਣੇ ਮਹਿਣਾ ਮਾਰ ਹਿਸਾਨ ਕਦੀ ਨਾ ਛਾੜ ਦੇ ਕੂਲ ਚਸ਼ਮਾ ਨੀਰ ਖੁੱਲਾ ਦੇਵ ਦੇ ਮੱਥੇ ਪਾਣ ਨਾ ਵਟ ਠੰਡਾ ਵਾਲੜੇ ਚਿੜੀਆਂ ਗਾਵਣ ਰਾਗ ਗੀਤ ਸੁਣਾਉਂਦੀਆਂ ਚਿੱਗੀ ਟਿਚਕਰ ਛੇੜ ਕਰਨ ਮਖੌਲ ਨਾ ਨੱਚੋ ਟੱਪੋ ਗਾਓ ਹੱਸੋ ਰੋਪੋ ਮੀਣਾ ਕੋਈ ਨਾ ਤੇ ਉਥੇ ਆਏ ਕੇ ਨੰਗੇ ਫਿਰੋ ਉਗਾੜ ਗੁਆੜੀ ਨੰਗੜੇ ਮੈਲੀ ਅੱਖ ਨਾ ਵੇਖ ਤਿਉੜੀ ਪਾਉਂਦੇ ਆਪਣੇ ਰਹੋ ਸੁਭਾਉ ਚਿਤ ਅਡੋਲਵੇਂ ਜਿਸ ਨੂੰ ਸਕੇ ਨਾ ਮੋਹ ਉਥੇ ਕੋਈ ਵੀ ਪਿਆਰ ਕਰੇ ਨਾ ਕੋਈ ਦਰਦ ਵੰਡਾਉਂਦਾ ਓਪਰੇ ਜਿਕਰ ਹੋਣ ਬੂਟੇ ਬ੍ਰਿਛ ਹੈ ਤੇਉ ਓਪਰੇਆਂ ਵਿੱਚ ਰਹਿ ਕੇ ਓਪਰਾ ਦਿਨ ਜਾਂਦੇ ਹਨ ਬੀਤ ਖਿੜਿਆ ਅੰਦਰੋਂ ਪਰ ਰਸੀਆ ਹੋ ਫਿਰ ਰਹੇ ਇਕਾਂਤ ਹੈ ਅਤ ਵਿਰਲੇ ਸੰਸਾਰ ਦੁਰਗਮ ਖੇੜ ਹੈ ਹਾਂ ਜੀ ਰਸੀਆ ਤਾਂ ਇੰਜ ਨੰਨ ਮੰਨਦਾ ਹੈ ਤੇ ਹੁਣ ਜਿਹੜਾ ਰਸੀਆ ਨਹੀਂ ਉਸ ਦੀ ਹਾਲਤ ਜੇ हट ਕਰਕੇ ਐਉਂ ਰਹੇ ਇਕਾਂਤ ਕੋ ਤੱਪਿਆ ਹੋਵੇ ਉਹ ਰਸਿਆ ਨਾ ਹੋਵੇ ਹਾਂ ਜੇ ਹੋਵੇ ਕੋਲ ਵਸਦਾ ਪਿੰਡ ਕੋ ਉਥੋਂ ਆਵੇ ਅੰਨ ਪੀਵਣ ਪੈਣਣਾ ਛੇਤਰ ਲੱਗੇ ਹੋਣ ਲੰਗਰ ਚੱਲਦੇ ਹੋ ਜਾਉਣ ਸੁਖ ਨਾਲ ਲੋੜਾਂ ਪੂਰੀਆਂ ਦਿਲ ਪਰਚਾਵੇ ਆਏ ਕੋਈ ਬਾਲਕਾ ਇਹ ਨਹੀਂ ਹੈ ਇਕਾਂਤ ਉਤਲੀ ਭਾਂਤ ਦੀ ਇਹ ਹੋਣਾ ਹੈ ਲਾਂਬ ਜਗ ਦੇ ਦੁੱਖ ਤੋਂ ਸਹਿਲ ਜ਼ਿੰਦਗੀ ਜੀਣ ਦਾ ਇਹ ਰਾਹਾ ਹੈ ਹਾਂਜੀ ਇਹ ਨਹੀਂ ਇਕਾਂਤ ਉਤਲੀ ਭਾਂਤ ਦੀ ਇਹ ਹੋਣਾ ਹੈ ਲਾਮ ਜਗ ਦੇ ਦੁੱਖ ਤੋਂ ਸਹਿਲ ਜ਼ਿੰਦਗੀ ਜੀਣ ਦਾ ਇਹ ਰਾਹਾ ਹੈ ਛੱਡ ਜਿਨਾਂ ਨੂੰ ਆਪ ਕਾਂਤ ਸਹਿਣਨੀ ਸਦ ਉਹਨਾਂ ਨੂੰ ਪਾਸ ਫੇਰ ਬਿਠਾਵਣਾ ਆਸਰਾ ਰੱਖਣਾ ਫੇਰ ਉਹਨਾਂ ਉੱਪਰੇ ਖਾਣ ਪੀਣ ਆਸ ਪੂਰਨ ਆ ਉਹੋ ਇਸ ਤਰ੍ਹਾਂ ਦਾ ਵਾਸ ਵਿੱਚ ਇਕਾਂਤ ਜੋ ਉੱਪਰਲੀ ਇਕਾਂਤ ਤੋਂ ਹੈ ਵੱਖਰਾ ਇੱਕ ਹੋਰ ਇਕਾਂਤ ਫਿਰ ਇੱਕ ਹੈਵੇ ਹੋਰ ਡੋਲ ਇਕਾਂਤ ਦੀ ਜਿਕਰ ਕਨਿਆ ਕੋ ਇਹ ਧਰਮ ਅਨਸਾਰ ਹੋ ਕਰਦੀ ਧਰਮ ਵਿਵਾਹ ਨਾਲ ਮर्याਦ ਦੇ ਧਰਮ ਪਤੀ ਬ੍ਰਤ ਪਾਲ ਜਾਣੇ ਕੰਤ ਨੂੰ ਕੇਵਲ ਇੱਕ ਮਨੁੱਖ ਵਿੱਚ ਸੰਸਾਰ ਦੇ ਜਤ ਸਤ ਲੈ ਨਿਬਾਹਾ ਧਰਮੀ ਆਖੀਏ ਤਿੱਕੁਰ ਵਿੱਚ ਸੰਸਾਰ ਰਹਿ ਕੇ ਜੇ ਕੋਈ ਕਰਦਾ ਸਾਰੀਕਾਰ ਗ੍ਰਸਤ ਵਿਹਾਰ ਦੀ ਕਰਦਾ ਕੋਈ ਨਾ ਕੰਮ ਖੋਟਾ ਹੈ ਬੁਰਾ ਧਰਮਾਂ ਵਾਲੇ ਕੰਮ ਕਰੇ ਜੋ ਕੰਮ ਉਹ ਪੁੰਨ দান ਉਪਕਾਰ ਸਹਿਜ ਨਿਭਾਉਂਦਾ ਮਾਤ ਪਿਤਾ ਦੀ ਸੇਵ ਭੈਣਾ ਭਰਾਵ ਦੀ ਮਿੱਤਰਾਂ ਨਾਲ ਨਿਭਾਹ ਕਰਦਾ ਹੈ ਸਹੀ ਪਰ ਹਿਰਦਾ ਇੱਕ ਥਾਂ ਵੇ ਰੱਖਦਾ ਹਾਂਜੀ ਪਰ ਹਿਰਦਾ ਇਕ ਥਾਂ ਵੇ ਰੱਖਦਾ ਜੁੜਿਆ ਰਹੇ ਜੇ ਨਾਲ ਸਾਈ ਨਾਲ ਉਹ ਸੁਖ ਸਾਈ ਦੇ ਮੇਲ ਦਾ ਜੋ ਹੋਉਂਦਾ ਉਸ ਵਿੱਚ ਚਿਤ ਪਰਸੰਨ ਡੁੱਬਾ ਰੱਖਦਾ ਵਿਸ਼ੇ ਸੁਖਾਂ ਤੋਂ ਉੱਠ ਉੱਚਾ ਅੰਦਰੋਂ ਰਬ ਯਾਦ ਦੇ ਨਾਲ ਜੁੜਿਆ ਜੋ ਰਹੇ ਲਿਵ ਵਿੱਚ ਰੱਖੇ ਵਾਸ ਉਹ ਇਕਾਂਤੀਆ ਗੁਰੂ ਗ੍ਰੰਥ ਜੀ ਆਪ ਇੱਕੁਰ ਭਾਖ ਦੇ ਸੋ ਇਕਾਂਤੀ ਜਿਸ ਰਿਦਾ ਥਾਂਏ ਬਸੰਤ ਮਹੱਲਾ ਪੰਜਵਾਂ ਸੋ ਇਕਾਂਤੀ ਜਿਸ ਰਿਦਾ ਥਾਂਏ ਲੋਕੀ ਸੌਂਦੇ ਰਾਤ 에 ਵੀ ਸੌਂਦਾ ਸੁਤਿਆ ਦੇਣ ਬਿਤਾਏ ਲੋਕੀ ਰਾਤ ਨੂੰ ਪਰ ਇਕਾਂਤੀ ਜਾਗ ਰਾਤੀ ਬੈਠਦਾ ਇੱਕ ਹੁੰਦਾ ਹੈ ਆਪ ਸਾਈਂ ਇੱਕ ਹੋ ਇੱਕ ਹੁੰਦੀ ਹੈ ਯਾਦ ਸਾਈਂ ਵਾਲੜੀ ਇਕ ਹੁੰਦੀ ਹੈ ਰਾਤ ਮਾਉ ਇਕਾਂਤ ਦੀ ਉਸ ਵੇਲੇ ਉਹ ਬੈਠ ਹਰ ਲੇਵ ਲਾਉਂਦਾ ਘਰ ਵਿੱਚ ਏਉਂ ਇਕਾਂਤ ਪ੍ਰਾਪਤ ਉਸ ਨੂੰ ਫਿਰ ਦੁਰਾ ਦੇ ਲੋਕੀ ਸੌਂਦੇ ਰਾਤ ਏ ਵੀ ਸੌਂਦਾ ਸੁਤਿਆ ਦੇਣ ਬਿਤਾਏ ਲੋਕੀ ਰਾਤ ਨੂੰ ਪਰ ਇਕਾਂਤੀ ਜਾਗ ਰਾਤੀ ਬੈਠਦਾ ਇੱਕ ਹੁੰਦਾ ਹੈ ਆਪ ਸਾਈ ਇਕ ਹੋ ਇੱਕ ਹੁੰਦੀ ਹੈ ਯਾਦ ਸਾਈ ਵਾਲੜੀ ਇਕ ਹੁੰਦੀ ਹੈ ਰਾਤ ਮਾਉ ਇਕਾਂਤ ਦੀ ਉਸ ਵੇਲੇ ਉਹ ਬੈਠ ਹਰਲੇ ਬਲਾਉਂਦਾ ਦਿਨ ਜਦ ਨੇੜੇ ਆਏ ਸੌਂਦਾ ਫੇਰ ਇਹ ਘਰ ਵਿੱਚ ਇਉ ਇਕਾਂਤ ਪ੍ਰਾਪਤ ਉਸ ਨੂੰ ਦਿਨ ਜਦ ਨੇੜੇ ਆਏ ਸੌਂਦਾ ਫੇਰ ਇਹ ਲੋਕੀ ਮੂਹਰੇ ਜਾਗ ਇਸ ਨੂੰ ਦੇਖ ਦੇ ਸੁੱਤਾ ਲੰਮੀ ਤਾਣ ਦਿਨ ਹੈ ਆ ਗਿਆ ਇਕੁਰ ਦੁਨੀਆ ਵਿੱਚ ਕੋਈ ਨਾ ਜਾਣਦਾ ਇਸ ਦੇ ਦਿਲ ਦਾ ਹਾਲ ਕਾਰ ਜੋ ਰਾਤ ਦੀ ਹਾਂਜੀ ਦਿਨ ਜਦ ਨੇੜੇ ਆਏ ਸੋਨ ਦਾ ਫੇਰ ਇਹ ਲੋਕੀ ਮੋਹਰੇ ਜਾਗ ਇਸ ਨੂੰ ਦੇਖ ਦੇ ਸੁੱਤਾ ਲੰਮੀ ਤਾਣ ਦਿਨ ਹੈ ਆ ਗਿਆ ਇੱਕੁਰ ਦੁਨੀਆ ਵਿੱਚ ਕੋਈ ਨਾ ਜਾਣਦਾ ਇਸ ਦੇ ਦਿਲ ਦਾ ਹਾਲ ਕਾਰ ਜੋ ਰਾਤ ਦੀ ਲੁਕੇ ਅਲਾਲੀ ਵਾਂਗ ਵਿੱਚ ਤਰਬੂਜ਼ ਦੇ ਢੱਕਿਆ ਸਬਜ਼ੀ ਨਾਲ ਰਤਾ ਅੰਦਰੋਂ ਇਕਾਂਤੀ ਹੈ ਇਹ ਦੂਜੀ ਭਾਂਤ ਦਾ ਲੱਭੋ ਜੋ ਜਗ ਵਿੱਚ ਪਹਿਲੀ ਭਾਂਤ ਦੇ ਲੱਭੂ ਕੋ ਇਹ ਨਾਹੀਂ ਕਾਂਤੀ ਐਸੜਾ ਬੀਜ ਨਾਸ਼ ਨਾ ਹੋਏ ਦੁਰਲਭ ਐਪਰਾ ਦੂਜੀ ਭਾਂਤ ਇਕਾਂਤ ਸੋਖੀ ਉਸ ਤੋਂ ਲੱਭਦੀ ਇਹ ਵੀ ਘਾਟ নিজ ਨੂੰ ਰੱਖ ਦੇ ਇਹ ਕਾਂਤੀ ਵਿੱਚ ਲੁੱਕ ਜਿਵੇਂ ਪਤੀ ਬ੍ਰਤਾ ਬਿਨ ਸਾਈ ਤਨ ਆਪ ਰਖੇ ਲੁਕਾਏ ਕੈ ਫਿਰ ਦੋ ਰਾਦੀ ਦੂਜੀ ਪਾਂ ਤੇ ਕਾਂ ਸੋਖੀ ਉਸ ਤੋਂ ਲਬਦੀ ਇਹ ਵੀ ਘਟ ਨਿਜ ਨੂੰ ਰੱਖਦੇ ਇਕਾਂਤੀ ਵਿੱਚ ਲੁਕ ਜਿਵੇਂ ਪਤੀ ਵਰਤਾ ਬਿਨ ਸਾਈ ਤਨ ਆਪ ਰੱਖੇ ਲੁਕਾਏ ਕੇ ਇਨਾਂ ਇਕਾਂਤੀਆਂ ਚਿਤ ਇਹੋ ਵਿਚਾਰ ਹੈ ਜਿਕੁਰ ਆਵੇ ਅਗ ਦੱਬੀ ਜੇ ਰਹੇ ਆਵਾ ਜਾਂਦਾ ਪੱਕ ਕੱਚਾ ਨਾ ਰਹੇ ਲੰਮ ਜੇ ਨਿਕਲੇ ਬਾਅਰ ਆਵੇ ਵਿੱਚ ਤੋਂ ਆਵਾ ਪਿੱਲਾ ਹੋਏ ਔਤਰ ਜਾਉਂਦਾ ਜਿਕਰ ਕੋਈ ਬੀਜ ਧਰਤੀ ਬੀਜਿਆ ਕਜਿਆ ਉਗਦਾ ਠੀਕ ਨੰਗਾ ਨਾ ਉਗੇ ਉਗੇ ਤੇ ਪੰਛੀ ਖਾਣ ਐਵੇਂ ਜਾਉਂਦਾ ਤਿੱਕੁਰ ਜਾਣਨ ਉਹ ਧਰਤੀ ਦੇਹ ਨੂੰ ਇਸ ਵਿੱਚ ਰੱਖਣ ਬੀਜ ਟੱਕੀ ਸਿੰਜ ਦੇ ਪਾਣੀ ਨਾਲ ਹਮੇਸ਼ ਇਹ ਕੁਝ ਸੋਚ ਦੇ ਜਦੋਂ ਮੋਤ ਦੀ ਤ੍ਰੇਲ ਰਸਤਾ ਦੇਈਗੀ ਜਾਂ ਸਵਾਮੀ ਦੇ ਦੇਸ਼ ਲੱਗੂ ਐ ਕੋਰਾ ਜਿਵੇਂ ਪਨੀਰੀ ਪੁੱਟ ਹੋਈ ਤਿਆਰ ਜੋ ਜਾਂ ਲਾਈਏ ਹੈ ਖੇਤ ਪਹਿਲਿਓ ਲਾਂਬੜੇ ਉਥੇ ਹੋਵੇ ਬ੍ਰਿਛ ਫਲ ਦਾ ਮੌਲ ਦਾ ਇਕੋ ਡਰਨ ਹੰਕਾਰ ਕਰਨ ਨਾਲ ਲੁਕਦੇ ਇਉਂ ਇਕਾਂਤੀ ਇਹ ਹੁੰਦੇ ਹਨਗੇ ਪਰ ਲਬਦੇ ਹਨ ਘਟ ਲੁਕਣੇ ਕਾਰਣ ਪਰਮਾਰਥ ਸੰਬੰਧ ਜੇਕਰ ਛੱਡ ਕੇ ਸੰਸਾਰਕ ਵਿਵਹਾਰ ਮੁਜਬ ਸੋਚੀਏ ਤਦ ਹੈਵੇ ਇੱਕ ਹੋਰ ਰੂਪ ਇਕਾਂਤ ਦਾ ਸੰਸਾਰਕ ਜੋ ਲੋਕ ਜਦ ਹੋ ਲਾਂਭ ਤੇ ਬੈਠਣ ਕੁਝ ਕੋ ਕਾਲ ਕਹਿਣ ਇਕਾਂਤ ਹੈ ਇਕੁਰ ਕੁਝ ਕੋ ਇਕਲ ਉਹਨਾਂ ਇਕਾਂਤ ਹੈ ਅਭਿਆਸੀ ਕੇ ਸਾਧ ਜਾਂ ਕੋਈ ਸੰਤ ਹੋ ਰਹਿੰਦਾ ਦੁਨੀਆਂ ਵਿੱਚ ਭਲਾ ਕਰਾਮ ਦਾ ਉਪਕਾਰੀ ਉਪਕਾਰ ਕਰਦਾ ਸੋਹਣੇ ਉਹਨੂੰ ਵੀ ਪੈਂਦੀ ਲੋੜ ਹੈ ਇਕਾਂਤ ਦੀ ਕਦੇ ਕਦੇ ਉਹ ਲਾਂਭ ਹੁੰਦਾ ਭੀੜ ਤੋਂ ਦਿਲ ਖਿੰਡਾਉ ਨੂੰ ਦੂਰ ਕਰਨ ਵਾਸਤੇ ਜੋ ਲੋਕਾਂ ਦੀ ਭੀੜ ਮਹਿਲਾ ਪਾਉਂਦੀ ਪਰਮਾਰਥ ਵਿੱਚ ਮੁੱਲ ਇਸ ਇਕਾਂਤ ਦਾ ਫਿਰ ਦੁਰਾਦੀ ਉਪਕਾਰੀ ਉਪਕਾਰ ਕਰਦਾ ਸੋਹਣੇ ਉਹਨੂੰ ਵੀ ਪੈਂਦੀ ਲੋੜ ਹੈ ਇਕਾਂਤ ਦੀ ਕਦੇ ਕਦੇ ਉਹ ਲਾਂਭ ਹੁੰਦਾ ਭੀੜ ਤੋਂ ਦਿਲ ਖਿੰਡਾਉ ਨੂੰ ਦੂਰ ਕਰਨੇ ਵਾਸਤੇ ਜੋ ਲੋਕਾਂ ਦੀ ਭੀੜ ਮਹਿਲਾ ਪਾਉਂਦੀ परमार्थ ਵਿੱਚ ਮੁੱਲ ਇਸ ਇਕਾਂਤ ਦਾ ਰਹਿਦਾ ਰਹੇ ਇੱਕ ਥਾਂ ਸਦਾ ਇਕਾਂਤੀਆਂ ਇਸ ਇਕਾਂਤ ਦਾ ਸਵਾਦ ਐਦਾਂ ਮੋਹਿੰਦਾ ਹੋ ਜਾਵਣ ਨਿਰਸਵਾਦ ਦੂਜੇ ਸਵਾਦ ਜੋ ਅੰਦਰ ਇੱਕ ਉਚਾਨ ਆਕੇ ਵਾਪਰੇ ਉਹ ਰੱਖੇ ਇਕਾਂਤ ਵਿੱਚ ਰਹਿੰਦੇ ਆਂ ਦੱਸ ਕੇ ਮੈਂ ਇਕਾਂਤ ਲੋਕਾਂ ਵਿੱਚ ਇਹ ਜੋ ਆਵੇ ਹੈ ਸਵਾਦ ਨਹੀਂ ਇਕਾਂਤ ਦਾ ਆਪਨ ਪ੍ਰਸ਼ੰਸਾ ਆਪ ਕਰਕੇ ਪਾਵਣਾ ਲੋਕਾਂ ਕੋਲੋਂ ਸਵਾਦ ਨਹੀਂ ਇਕਾਂਤ ਤੋਂ ਹਾਂਜੀ ਦੱਸ ਕੇ ਮੈਂ ਇਕਾਂਤ ਲੋਕਾਂ ਵਿੱਚ ਇਹ ਜੋ ਆਵੇ ਹੈ ਸਵਾਦ ਨਹੀਂ ਇਕਾਂਤ ਦਾ ਆਪਨ ਪ੍ਰਸ਼ੰਸਾ ਆਪ ਕਰਕੇ ਪਾਵਣਾ ਲੋਕਾਂ ਕੋਲੋਂ ਸਵਾਦ ਨਹੀਂ ਇਕਾਂਤ ਤੋਂ ਇਸ ਨੂੰ ਧਰ ਕੇ ਫੇਰ ਪੜਦੀ ਹੋਰ ਹੈ ਐਦਾਂ ਦਾ ਸੀ ਭਾਉ ਉਸ ਵਿੱਚ ਦੱਸਿਆ ਨੋਵਾਂ ਪੱਤਰ ਰਸ ਸ਼ਰੀਰਕ ਪ੍ਰਸ਼ਨ ਪਰਮਾਰਥ ਨੂੰ ਪਾਏ ਧਰਮ ਸੰਭਾਲੀਏ ਕਰ ਕਰਤਰਲੇ ਢੇਰ ਖੁੱਲੇ ਸੂਜ ਹੈ ਡਿਗ ਡਿਗ ਪਈਏ ਫਿਰ ਸੰਭਲ ਨਾ ਸਕੀਏ ਕੀ ਕਾਰਨ ਇਸ ਵਿੱਚ ਦੱਸੋ ਖੋਲ ਕੇ ਉੱਤਰ ਇਹ ਔਖੀ ਹੈ ਬਾਤ ਮੇਰੇ ਵਾਸਤੇ ਸਮਝ ਨਾ ਸਕਾਂ ਆਪ ਉੱਤਰ ਕੀ ਦੇਆ ਪਰ ਜੋ ਸੁਣੇ ਬ੍ਰਤਾਂਤ ਵੱਡਿਆਂ ਪਾਸ ਤੋਂ ਉਹ ਕੈ ਕਰਾਂ ਬਿਆਨ ਸਕਾਂ ਲੁਕਾਏ ਨਾ ਇਸ ਮਾਨੁਖ ਤਨ ਵਿੱਚ ਰਸ ਇੱਕ ਖਿੱਚ ਹੈ ਸਭ ਕੋਈ ਇਸ ਵਿੱਚ ਬੱਦਾ ਹੈ ਪਿਆ ਹਰ ਕੋਈ ਹਰ ਕੰਮ ਕਰਦਾ ਐਉ ਹੈ ਕਿਸੇ ਤਰ੍ਹਾਂ ਰਸ ਆਏ ਰਸ ਮੱਤਾ ਰਹਾਂ ਰਸ ਵਿਸ਼ਿਆਂ ਦੇ ਤੇਜ਼ ਮਿੱਠੇ ਅਤ ਹੀ ਸਭ ਲੁਭਾਏ ਲੋਕ ਵਿਸ਼ਿਆਂੰਨੰਦ ਹੈ ਤ੍ਰਿਖਾ ਇਨਾਂ ਸਵਾਦ ਛੁੱਟਣਾ ਔਖ ਹੈ ਪਰ ਇਸ ਰਸ ਦਾ ਅੰਤ ਚੰਗਾ ਹੈ ਨਹੀਂ ਫਿਰ ਦੁਰਾ ਦੇਈਏ ਰਸ ਵਿਸ਼ਿਆਂ ਦੇ ਤੇਜ ਮਿੱਠੇ ਅਤ ਹੀ ਸਭ ਲੁਭਾਏ ਲੋਕ ਵਿਸ਼ਿਆਂੰਨੰਦ ਹੈ ਤ੍ਰਿਖਾ ਇਨਾਂ ਸਵਾਦ ਛੁੱਟਣਾ ਔਖ ਹੈ ਪਰ ਇਸ ਰਸ ਦਾ ਅੰਤ ਚੰਗਾ ਹੈ ਨਹੀਂ ਬਹੁਤ ਭੋਗਿਆ ਭੋਗ ਰੋਗ ਵਿਆਪ ਦੇ ਮਨ ਹੋ ਜਾਏ ਮਲੀਨ ਨਾਲੇ ਨਬਲਾ ਹਾਂਜੀ ਬਹੁਤ ਭੋਗਿਆ ਭੋਗ ਰੋਗ ਵਿਆਪ ਦੇ ਮਨ ਹੋ ਜਾਏ ਮਲੀਨ ਨਾਲੇ ਨਬਲਾ ਭੋਗੀ ਕੋ ਦੁਖ ਰੋਗ ਵਿਆਪੈ ਬਸੰਤ ਮਹਿਲਾ ਪੈਲ ਵਾਂਗ ਕੁਸੰਬੇ ਰੰਗ ਤਿਰਖਾ ਭੋਗ ਦਾ ਪਰ ਇਹ ਮੁਗਦਿਆ ਸਾਰ ਫਿੱਕਾ ਹੋਉਂਦਾ ਟੋਟ ਵਾਪਰੇ ਦੇਹ ਹਿਰਦਾ ਉਟਾਟਰਾ ਮਨ ਵਿੱਚ ਵੱਦੇ ਖਿੰਡਾਉ ਆਲਸ ਨਾਲ ਹੈ ਹਾਂਜੀ ਵਾਂਗ ਕੁਸੰਬੇ ਰੰਗ ਤ੍ਰਿਖਾ ਭੋਗ ਦਾ ਪਰ ਇਹ ਮੁਗਦਿਆ ਸਾਰ ਫਿੱਕਾ ਹੋਵਦਾ ਟੋਟ ਵਾਪਰੇ ਦੇਹ ਹਿਰਦਾ ਉਟਾਟਰਾ ਮਨ ਵਿੱਚ ਵੱਦੇ ਖਿੰਡਾਉ ਆਲਸ ਨਾਲ ਹੈ ਧੋਖਾ ਇਸ ਵਿੱਚ ਹੋਰ ਲੱਗਦਾ ਇੱਕ ਹੈ ਅਸੀਂ ਜਾਣੀਏ ਇਹ ਰਸ ਹੈ ਆਮਦਾ ਦੁਇ ਤੋਂ ਪਰ ਠੀਕ ਗਲ ਹੈ ਐਕੁਰਾਂ ਇਹ ਜੋ ਆਪਣਾ ਆਪ ਰਸ ਦਾ ਰੂਪ ਹੈ ਫਿਰ ਇੱਕ ਹੋਰ ਸਿਧਾਂਤ ਵੀ ਨਾ ਸੁਝਦਾ ਜੋ ਪਰਥਰ ਨੇ ਐਉਂ ਹੈ ਵੇ ਦੱਸਿਆ ਅਸੀਂ ਨਾ ਭੋਗੀਏ ਭੋਗ ਉਲਟੇ ਭੋਗ ਦੇ ਭੋਗੇ ਜਾਈਏ ਆਪ ਭੋਗਾ ਤੋਂ ਅਸੀਂ ਤਾਂ ਹੀ ਉਹ ਸਿਆਣੇ ਲੋਕ ਇਸ ਨੂੰ ਛੱਡਦੇ ਪਰ ਛੱਡਣ ਹੈ ਔਖ ਸੋਖੀ ਖੇਡਣਾ ਤਾਂ ਤੇ ਇਸ ਦਾ ਪੋਲ ਸਿਆਣੇ ਖੋਲ ਦੇ ਦੇਂਦੇ ਅੰਤ ਦਿਖਾਏ ਵਿਸ਼ਿਆ ਆਨੰਦ ਦਾ ਫਿਰ ਇੱਕ ਹੋਰ ਆਨੰਦ ਇਸ ਨੂੰ ਦੱਸ ਦੇ ਪਾ ਵਿੱਚ ਉਸ ਆਨੰਦ ਇਸ ਤੋਂ ਕੱਢ ਦੇ ਉਹ ਹੈ ਰਸ ਸਤਸੰਗ ਭਜਨ ਆਨੰਦ ਹੈ ਹਾਂਜੀ ਫਿਰ ਇੱਕ ਹੋਰ ਆਨੰਦ ਇਸ ਨੂੰ ਦੱਸ ਦੇ ਪਾ ਵਿੱਚ ਉਸ ਆਨੰਦ ਇਸ ਤੋਂ ਕੱਢ ਦੇ ਉਹ ਹੈ ਰਸ ਸਤਸੰਗ ਭਜਨ ਆਨੰਦ ਹੈ ਭਜਨ ਆਨੰਦ ਵਿੱਚ ਆਏ ਰਸ ਨਿਜ ਆਪਣਾ ਵਿਸ਼ੇ ਰਸਿਓ ਉਪਰਾਮ ਇਹ ਰਸ ਹੈ ਕਰੇ ਆਪਣੇ ਵਿੱਚ ਲਗਾਏ ਲੈਂਦਾ ਇਹ ਜਦੋਂ ਸਤਸੰਗਤ ਦੇ ਭਜ ਕਈ ਇੱਕ ਸਵਾਦੜੇ ਸਤੋ ਗੁਣੀ ਨਾਲ ਸੰਬੰਧ ਕਰਕੇ ਆਉਂਦੇ ਲੈਂਦੇ ਇਹ ਫਸਾਏ ਫਿਰ ਇਸ ਜੀਵ ਨੂੰ ਸਤੋ ਗੁਣ ਦੇ ਕਾਣ ਮਾੜੇ ਹੁਣ ਨਾ ਮਾੜੇ ਕਹਿ ਨਾ ਸਕੀਏ ਨਾ ਨੂੰ ਕੋਈ ਪਰ ਤਦ ਵੀ ਇਹ ਪਾਣ ਪੜਦਾ ਜੀਵ ਤੇ ਇਸ ਵਿੱਚ ਵੀ ਜੋ ਨਾਏ ਫਸਦਾ ਜੀਵ ਹੈ ਸ਼ੁੱਧ ਰਾਮ ਰਸ ਵਿੱਚ ਲੱਗਾ ਜੋ ਰਹੇ ਧਰਮ ਪਟਣੀ ਉਹ ਡਿੱਗਦਾ ਹੈ ਨਹੀਂ ਸਹਿਜੇ ਸਹਿਜੇ ਜਾਏ ਮੰਜ਼ਲੇ ਪਹੁੰਚਦਾ ਧਿਆਨ ਦੇਣਾ ਜੀ ਭਜਨ ਆਨੰਦ ਵਿੱਚ ਆਏ ਰਸ ਨਿਜ ਆਪਨਾਂ ਵਿਸ਼ੇ ਰਸਿਓ ਉਪਰਾਮ ਇਹ ਰਸ ਹੈ ਕਰੇ ਆਪਣੇ ਵਿੱਚ ਲਗਾਏ ਲੈਂਦਾ ਇਹ ਜਦੋਂ ਸਤ ਸੰਗਤ ਦੇ ਪੱਜ ਕਈ ਇੱਕ ਸਵਾਦੜੇ ਹਾਂਜੀ ਸਤ ਸੰਗਤ ਦੇ ਪੱਜ ਕਈ ਇੱਕ ਸਵਾਦੜੇ ਸਤੋ ਗੁਣੀ ਨਾਲ ਸੰਬੰਧ ਕਰਕੇ ਆਉਂਦੇ ਲੈਂਦੇ ਇਹ ਫਸਾਏ ਫਿਰ ਇਸ ਜੀਵ ਨੂੰ ਸਤੋ ਗੁਣ ਦੇ ਕਾਣ ਮਾੜੇ ਹੋਣ ਨਾ ਮਾੜੇ ਕਹਿ ਨਾ ਸਕੇ ਇਹਨਾਂ ਨੂੰ ਕੋਈ ਪਰ ਤਦਬੀਏ ਪਾਣ ਪਰਦਾ ਜੀਵ ਤੇ ਇਸ ਵਿੱਚ ਵੀ ਜੋ ਨਾਏ ਫਸਦਾ ਜੀਵ ਹੈ ਸ਼ੁੱਧ ਰਾਮ ਰਸ ਵਿੱਚ ਲੱਗਾ ਜੋ ਰਹੇ ਧਰਮ ਪਟਣੀਓ ਉਹ ਡਿਗਦਾ ਹੈ ਨਹੀਂ ਸਹਿਜੇ ਸਹਿਜੇ ਜਾਏ ਮੰਜ਼ਲੇ ਪਹੁੰਚਦਾ ਉਸ ਨਾ ਉਬਜੇ ਰਾਗ ਰਸ ਕਸਵਾਲੜਾ ਕੋਈ ਪਕੜਨਾ ਘੇਰ ਉਸ ਨੂੰ ਮਾਰਦੀ ਰਾਗ ਸਦਾ ਹੀ ਹੋਏ ਬਾਦਕ ਪੰਥ ਦਾ ਰਾਗ ਲਿਆ ਜਦ ਜਿਤ ਬਾਦਕ ਨਾ ਰਹਾ ਭੈ ਮਰਬੇ ਦਾ ਫੇਰ ਲਗਦਾ ਹੈ ਨਹੀਂ ਜੀਵਨ ਸੰਧੀ ਚਾਹ ਪਕੜ ਨਾ ਸਕਦੀ ਲੋਕ ਪਰਲੋਕ ਬੇਕੁੰਠ ਇੱਛਾ ਨਾ ਰਹੇ ਚਲ ਕੇ ਤਰ ਫਿਰ ਆਏ ਆਪਣੇ ਆਪ ਜੋ ਆਪਣੇ ਆਪੇ ਵਿੱਚ ਆਪਣੇ ਆਪ ਤੋਂ ਖੀਵਾ ਤੇ ਹੁਸ਼ਿਆਰ ਰਹਿੰਦਾ ਫਿਰੇ ਇਸ ਸੋਜੀ ਨੂੰ ਪਾਏ ਅਨਭਾਉ ਖੁੱਲਦਾ ਫਿਰ ਦੁਰਾਦੀ ਲੋਕ ਪਰਲੋਕ ਬੈਕੁੰਠ ਇਛਾ ਨਾ ਰਹੇ ਚਲ ਕੇ ਤਦ ਫਿਰ ਆਏ ਆਪਣਾ ਆਪ ਜੋ ਆਪਣੇ ਆਪੇ ਵਿੱਚ ਆਪਣੇ ਆਪ ਤੋਂ ਖੀਵਾ ਤੇ ਹੁਸ਼ਿਆਰ ਰਹਿੰਦਾ ਫਿਰ ਇਹ ਇਸ ਸੋਜੀ ਨੂੰ ਪਾਏ ਅਨਭਵ ਖੁੱਲਦਾ ਲਟ ਲਟ ਕਟ ਵਿੱਚ ਦੀਪ ਬਲੇ ਗਿਆਨ ਦਾ ਸਾਈ ਵਾਲਾ ਰਾਹਾ ਇਸ ਦੇ ਚਾਨੜੇ ਰੋਸ਼ਨ ਰਹੇ ਹਮੇਸ਼ ਠੋਕਰ ਨਾ ਲਗੇ ਸੱਚੇ ਸਦਾ ਆਨੰਦ ਰਹੀਏ ਮਤੜੇ ਤਾਂ ਤੇ ਪਿਆਰੇ ਜਿੱਤ ਰਸਕਸ ਦੇਹ ਦੇ ਇੱਕੋ ਦਿਲ ਵਿੱਚ ਧਾਰ ਪ੍ਰੇਮ ਅਕਾਲ ਦਾ ਤਾਂ ਤੇ ਪਿਆਰੇ ਜਿੱਤ ਰਸਕਸ ਦੇਹ ਦੇ ਇੱਕੋ ਦਿਲ ਵਿੱਚ ਧਾਰ ਪ੍ਰੇਮ ਅਕਾਲ ਦਾ ਸਿਲਾ ਅਲੂਣੀ ਚਟ ਅਨਰਸ ਤਿਆਗ ਕੇ ਸਾਈਂ ਦਾ ਰਸ ਪਾਏ ਰਸਿਆ ਹੋ ਰਹੀਂ ਦੇਹ ਰਸ ਪਾਜ ਜ਼ੋਰ ਤੈਨੂੰ ਘੇਰਿਆ ਲੀਤਾ ਵਿੱਚ ਫਸਾਏ ਮਿੱਠੇ ਮੱਖ ਜਿਉ ਰਾਗ ਦੁਆਖ ਫਿਰ ਕੇਰ ਨਿਕਲਨ ਨਾ ਦਿਓ ਇਹ ਪੜ ਰਖਦੀ ਫੇਰ ਠੰਡਾ ਸਵਾਸ ਲੈ ਪੜਦੀ ਸੀ ਇੱਕ ਹੋਰ ਨਿੱਕਾ ਪੱਤਰ ਜਿਸ ਵਿੱਚ ਸੀਗਾ ਲੇਖ ਨਿੱਕਾ ਜਿਹਾ ਇਸ ਪ੍ਰਕਾਰ ਦਾ ਭਾਅ ਉਸ ਵਿੱਚ ਲਿਖਿਆ ਦਸਵਾਂ ਪੱਤਰ ਸਾਰ ਦੇ دیدار ਉਸ ਦੀ ਤਨ ਅਨੁਸਾਰ ਉਦੋਂ ਆਓ ਸੀ ਆਪਣੀ ਜਤ ਅਨੁਸਾਰ ਪੁਲਵਨ ਜਾਓ ਸੀ ਉਸ ਦਿਨ ਹੋਏ ਦੀਦਾਰ ਤੈਨੂੰ ਮੀਤਦਾ ਲੈਸੇ ਜਿਸ ਦਿਨ ਫੇਰ ਮੂੰਹ ਤੋਂ ਆਪ ਤੋਂ ਹਾਂ ਆਪੇ ਦਾ ਕੇਂਦਰ ਜਿਸ ਦਿਨ ਲਭ ਲੈ ਇਕ ਜਿਸ ਦਿਨ ਤੂੰ ਜਾਏ ਕੇਂਦਰ ਇਸਤੇ ਇਸਤੇ ਪੈਰ ਜਮਾਏ ਘੁੰਮ ਜੇ ਤੂੰ ਸਕੇ ਕਮਸੀ ਤੇਰੇ ਨਾਲ ਸਭ ਕੁਮਾਇਆ ਇਹ ਪੜ ਰਖਦੀ ਹੋਰ ਇੱਕ ਸੀ ਚਾਉਂਦੀ ਪੜਦੀ ਮਨ ਚਿਤ ਲਾਏ ਜਿਸ ਦਾ ਭਾਉ ਏ 11ਵਾਂ ਪੱਤਰ ਸੰਸਾਰ ਕਿਵੇਂ ਬਣ ਗਿਆ ਅਸਤੀ ਭਾਂਤੀ ਪ੍ਰੇਹ ਉਸੋ ਰੱਬ ਦੇ ਸਰੂਪ ਲਖਣ ਹਨ ਠੀਕ ਸਿਆਣੇ ਆਖਦੇ ਪ੍ਰੇਹ ਅਰਥ ਹੈ ਪ੍ਰੇਮ ਪ੍ਰੇਮ ਆਨੰਦ ਹੈ ਤਾਂ ਤੇ ਪ੍ਰਭੂ ਪ੍ਰੇਮ ਪ੍ਰੇਮ ਸਰੂਪ ਹੈ ਪ੍ਰੇਮ ਵਿਖੇ ਇਹ ਨੇਮ ਹੋਵੇ ਹੈ ਸਦਾ ਕੋਈ ਕਰੇ ਪ੍ਰੇਮ ਉਸ ਦੇ ਨਾਲ ਹੈ ਕਿਸੇ ਨਾਲ ਉਹ ਪ੍ਰੇਮ ਕਰਦਾ ਆਪ ਹੈ ਪਿਆਰੇ ਪ੍ਰੇਮੀ ਦੋਏ ਚਾਹੀਏ ਪ੍ਰੇਮ ਨੂੰ ਪ੍ਰੇਮ ਕਰੇ ਪ੍ਰਕਾਸ਼ ਆਪਣੇ ਰੂਪ ਦਾ ਰਚੀ ਜਾਏ ਤਦਾ ਪਰਚਨਾ ਸੋਹਣੀ ਕਰਦਾ ਆ ਪਿਆਰ ਉਸ ਦੇ ਨਾਲ ਉਹ ਉਹ ਉਸ ਨਾਲ ਪ੍ਰੇਮ ਕਰਦੀ ਫੇਰ ਹੈ ਪ੍ਰੇਮੀ ਪਿਆਰੇ ਹੰਬਾਜ ਪ੍ਰੇਮ ਕਿਵੇਂ ਰਹੇ ਇਸ ਕਾਰਨ ਇਹ ਜਗ ਰਚਿਆ ਜਾਉਂਦਾ ਪ੍ਰਭ ਨਿਰਗੁਣ ਨਿਰਚਾ ਉਸ ਨੂੰ ਲੋੜਨਾ ਪਰ ਪ੍ਰਿਆ ਰੂਪ ਜੋ ਉਸ ਉਹਦਾ ਪ੍ਰਕਾਸ਼ ਇਹ ਜੀਵ ਜਗਤ ਸੰਸਾਰ ਜਾਂ ਦੇਨੇ ਰਚੇ ਰਜ ਕੇ ਉਹ ਨਿਰਲੇਪ ਪਰ ਰੰਗਮਾਨ ਦਾ ਪ੍ਰੇਮ ਕਰੇ ਤੇ ਪ੍ਰੇਮ ਕੀਤਾ ਜਾਉਂਦਾ ਸਤਿਗੁਰ ਨੇ ਹੈ ਵਾਕ ਵੀ ਫਰਮਾਇਆ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ 12ਵਾਂ ਪੱਤਰ ਪ੍ਰੇਮ ਪ੍ਰਕਾਸ਼ ਜਗ ਦਾ ਕਾਰਨ ਪ੍ਰੇਮ ਪ੍ਰੇਮ ਆਧਾਰ ਹੈ ਪ੍ਰੇਮ ਜਗਤ ਦੀ ਓਟ ਆਸਰਾ ਪ੍ਰੇਮ ਹੈ ਪ੍ਰੇਮ ਸ਼ਕਤੀ ਨਿਤ ਇਸ ਨੂੰ ਤਾਰਦੀ ਪੂਰਨ ਪ੍ਰੇਮ ਸਰੂਪ ਆਪ ਅਕਾਲ ਹੈ ਅਸਤੀ ਪਾਂਤੀ ਪ੍ਰੇ ਉਸ ਨੂੰ ਆਖਦੇ ਉਸ ਦਾ ਪੈ ਪ੍ਰਕਾਸ਼ ਚਮਕਾ ਮਾਰਦਾ ਸੁਖਮ ਤੇ ਅਸਥੂਲ ਜੈਸੇ ਥਾਉ ਤੇ ਪੈਂਦਾ ਇਹ ਪ੍ਰਕਾਸ਼ ਦਿੰਦਾ ਰੰਗ ਉਹ ਰੰਗ ਰੰਗ ਦਾ ਰੰਗ ਚਮਕੇ ਪ੍ਰੇਮ ਦਾ ਸੂਖਮ ਅਤੇ ਅਸਥੂਲ ਸੂਖਮ ਅਤੋ ਹੋਵੇ ਬਹੁਤ ਅਸਥੂਲ ਕਈ ਕੋ ਭਾਂਤ ਦਾ ਫੈਲ ਰਿਹਾ ਹੈ ਪ੍ਰੇਮ ਜਗਤ ਆਧਾਰ ਹੋ ਪਹਿਲਾ ਸਰੂਪ ਪਹਿਲਾ ਪ੍ਰਭੂ ਸਰੂਪ ਹੈ ਵੇ ਪ੍ਰੇਮ ਦਾ ਸਾਰਾ ਇਹ ਸੰਸਾਰ ਜਿਸ ਨੇ ਸਾਜਿਆ ਪਾਲ ਸੰਭਾਲੇ ਨਿਤ ਫਿਰ ਹੈ ਲੈ ਕਰੇ ਸ੍ਰਿਸ਼ਟੀ ਨਾਲ ਪਿਆਰ ਪੂਰਾ ਉਹ ਕਰੇ ਫਿਰ ਹੈ ਸਦਾ ਨਿਰਲੇਪ ਖੇਡ ਅਨੋਖੜੀ ਆਪਣੇ ਵਿੱਚ ਅਡੋਲ ਪੂਰਨ ਆਨੰਦ ਹੈ ਦੂਸਰਾ ਸਰੂਪ ਪ੍ਰੇਮ ਦਾ ਪ੍ਰੇਮ ਜੋ ਪ੍ਰਭੂ ਸਰੂਪ ਉਸਨੇ ਆਪਣੇ ਪਿਆਰੇ ਰਚੇ ਅਨੂਪ ਉੱਚੇ ਸੋਹਣੇ ਉਹ ਕਰਦੇ ਹਨ ਪਿਆਰ ਪ੍ਰਭੂ ਨੂੰ ਆਪਣੇ ਪ੍ਰਭੂ ਫਿਰ ਉਹਨਾਂ ਜੋ ਕਰਦਾ ਪਿਆਰ ਹੈ ਹੋਮੇ ਜਿਨ੍ਹਾਂ ਨਾ ਦਾਖ ਦੇਂਦੀ ਆਪਣਾ ਪੂਰਨ ਪ੍ਰੇਮ ਪ੍ਰਕਾਸ਼ ਉਹਨਾਂ ਵਿੱਚ ਹੈ ਰੱਖੇ ਉਹਨਾਂ ਮਿਲਾਏ ਨਾਲ ਅਕਾਲ ਦੇ ਵਿਥ ਨਾ ਰੱਖੇ ਕੋਈ ਦੋਹਾਂ ਵਿੱਚ ਹੈ ਏ ਅਧਿਆਤਮ ਪ੍ਰੇਮ ਪ੍ਰੇਮ ਰੂਹਾਨਵੀ ਗੁਰਨਾਨਕ ਵਿੱਚ ਵਾਸ ਇਸ ਦਾ ਪੂਰਨ ਹਾਂਜੀ ਏ ਅਧਿਆਤਮ ਪ੍ਰੇਮ ਪ੍ਰੇਮ ਰੂਹਾਨਵੀ ਗੁਰਨਾਨਕ ਵਿੱਚ ਵਾਸ ਇਸ ਦਾ ਪੂਰਨ ਪੈਗੰਬਰ અવਤਾਰ ਵਿੱਚ ਵੀ ਲਿਸ਼ਕਦਾ ਕਰਦਾ ਕਰੈ ਤਿੰਨ ਉਹਨਾਂ ਵਿੱਚ ਹੈ ਪਹਿਲੇ ਪ੍ਰਭੂ ਦੇ ਨਾਲ ਮੇਲੀ ਰੱਖਦਾ ਦੂਜੇ ਉਹਨਾਂ ਆਨੰਦ ਰੱਖੇ ਅੰਦਰੋਂ ਤੀਜੇ ਸ੍ਰਿਸ਼ਟੀ ਪਿਆਰ ਉਹਨਾਂ ਅੰਦਰੇ ਪਾ ਕੇ ਆਤਪਕਾਰ ਸਦਾ ਕਰਾਉਂਦਾ ਰੱਖਦਾ ਫਿਰ ਨਿਰਲੇਪ ਮਾਇਆ ਮੇਲ ਤੋਂ ਬਣ ਕੇ ਦਇਆ ਸਰੂਪ ਦਿਲ ਵਿੱਚ ਬੈਠਦਾ ਇਥੋਂ ਨਰਮ ਪ੍ਰਕਾਸ਼ ਇਹ ਹੈ ਦੇਵ ਦਾ ਸ਼ਰਧਾਂ ਵਾਲਿਆਂ ਜੋਗ ਤਾਰੇ ਹੈ ਉਹਨ ਤੀਸਰਾ ਸਰੂਪ ਇਸ ਪ੍ਰੇਮ ਨੂੰ ਪਾਏ ਜੋ ਉੱਚ ਹੋ ਗਏ ਪਾਰਗ੍ਰਾਮੀ ਲੋਕ ਉਹਨਾਂ ਵਿੱਚ ਵੀ ਆਵਸਦਾ ਹੈ ਪ੍ਰੇਮ ਇਸੇ ਪਾਂਤ ਦਾ ਹਾਂਜੀ ਇਸ ਪ੍ਰੇਮ ਨੂੰ ਪਾਏ ਜੋ ਉੱਚ ਹੋ ਗਏ ਪਾਰਗ੍ਰਾਮੀ ਲੋਕ ਉਹਨਾਂ ਵਿੱਚ ਵੀ ਆਵਸਦਾ ਹੈ ਪ੍ਰੇਮ ਇਸੇ ਪਾਂਤ ਦਾ ਇਸ ਨੂੰ ਗੁਰਮੁਖ ਪ੍ਰੇਮ ਕਹਿਣਾ ਹੈ ਬਣੇ ਜਗਿਆਸੂ ਦੇ ਜੋ ਗੁਰਮੁਖ ਤੋਂ ਮਿਲੇ ਜਗਿਆਸੂ ਦਿਲਧਾਰ ਸਰਦਾ ਆਪਣੇ ਇਹਨਾਂ ਪਾਸ ਜੋ ਆਣ ਇਹਨਾਂ ਦੇਮ ਦੇ ਆਤਮ ਬਲ ਤੇ ਹੋਰ ਆਤਮ ਸਿਖਿਆ ਸਰਧਾਲੂ ਇਸ ਨਾਲ ਪ੍ਰਭੂ ਨੂੰ ਪਾਉਂਦੇ ਇਸ ਤੋਂ ਸੁਖੰ ਪ੍ਰੇਮ ਅਧਿਆਤਮ ਪ੍ਰੇਮ ਹੈ ਉਸ ਤੋਂ ਸੁਖੰ ਪ੍ਰੇਮ ਪ੍ਰਭੂ ਸਰੂਪ ਹੈ ਉੱਪਰ ਜਿਸ ਦਾ ਹਾਲ ਹੈ ਵੇ ਲਿਖਿਆ ਚੌਥਾ ਸਰੂਪ ਪ੍ਰੇਮ ਦਾ ਫਿਰ ਜਗਿਆਸੂ ਵਿੱਚ ਸਰਦਾ ਜੋ ਬਸੇ ਉਹ ਵੀ ਹੈ ਵੇ ਪ੍ਰੇਮ ਸਰਦਾ ਨਾਮ ਹੈ ਪ੍ਰੇਮ ਇਹ ਸਰਦਾ ਰੂਪ ਵਿੱਚ ਜਗਿਆ ਸੁਆ ਲੈਂਦਾ ਜਦੋਂ ਨਿਵਾਸ ਭਗਤ ਕਰਾਉਂਦਾ ਗੁਰਮੁਖ ਨਾਲ ਪਿਆਰ ਕਰਦੇ ਹਨ ਉਹ ਗੁਰੂ ਨਾਨਕ ਸੰਗ ਪ੍ਰੇਮ ਕਰਦੇ ਫਿਰ ਉਹ ਕਰਦੇ ਹਨ ਉਹ ਪ੍ਰੇਮ ਫਿਰ ਕਰਤਾਰ ਨੂੰ ਸਤ ਸੰਗਤ ਵਿੱਚ ਵਾਸ ਇਹ ਕਰਾਉਂਦਾ ਗੁਰਮੁਖ ਨਾਲ ਮਿਲਾਪ ਇਹੋ ਕਰਾਉਂਦਾ ਦਿਨ ਦਾ ਇਹੋ ਮਿਲਾਏ ਗੁਰ ਅਵਤਾਰ ਨੂੰ ਜਿਸ ਦੀ ਬਾਣੀ ਨਾਲ ਭਰਮ ਟਟਾਉਂਦੇ ਧਾਰ ਨਾਮ ਦਾ ਰੂਪ ਲੈਂਦਾ ਪ੍ਰੇਮ ਹੈ ਮਿਲੇ ਹੈ ਪ੍ਰਭੂ ਨਾਲ ਨਾਮ ਪ੍ਰੇਮ ਏ ਸ਼ਰਦਾ ਰੂਪੀ ਪ੍ਰੇਮ ਗੁਰਮੁਖ ਪ੍ਰੇਮ ਤੋਂ ਹੁੰਦਾ ਕੁਝ ਅਸਥੂਲ ਪਰ ਹੋ ਜਾਉਂਦਾ ਸੂਖਮ ਵੱਧਾ ਨਿਤ ਪ੍ਰਭੂ ਤੱਕ ਪਹੁੰਚਦਾ ਪੰਜਵਾਂ સ્વરૂਪ ਪ੍ਰੇਮ ਦਾ ਇੱਕ ਸੁਣ ਹੋਰ ਪ੍ਰੇਮ ਆਤਮ ਪ੍ਰੇਮ ਹੈ ਆਪਣੇ ਆਪੇ ਨਾਲ ਹੁੰਦਾ ਪ੍ਰੇਮ ਏ ਖੁਦਗਰਜ਼ੀ ਨਹੀਂ ਰੂਪ ਇਸੋ ਪ੍ਰੇਮ ਦਾ ਆਤਮ ਦੀ ਕਲਿਆਣ ਆਪਣੀ ਚਾਹਣੀ ਉੱਚ ਆਚਰਨ ਵਿਚਾਰ ਆਪਣੇ ਰੱਖਣੇ ਆਪਾ ਨਿਰਮਲ ਸਾਫ ਮੈਲੋ ਰੱਖਣਾ ਪ੍ਰਭੂ ਪ੍ਰੇਮ ਦੇ ਨਾਲ ਇਸ ਨੂੰ ਰੰਗਣਾ ਇਸ ਇਹ ਹੈ ਇਸ ਦਾ ਰੂਪ ਸੁੰਦਰ ਸੋਹਣਾ ਹਾਂਜੀ ਪ੍ਰਭੂ ਪ੍ਰੇਮ ਦੇ ਨਾਲ ਇਸ ਨੂੰ ਰੰਗਣਾ ਇਹ ਹੈ ਇਸ ਦਾ ਰੂਪ ਸੁੰਦਰ ਸੋਹਣਾ 6ਵਾਂ ਸਰੂਪ ਪ੍ਰੇਮ ਦਾ ਦਾਨ ਪ੍ਰੇਮ ਇੱਕ ਹੋਰ ਰੂਪ ਪ੍ਰੇਮ ਦਾ ਇਸ ਦਾ ਹੋਏ ਨਿਵਾਸ ਦਾਤਿਆਂ ਵਿੱਚ ਹੈ ਨਾਮ ਦਾਨ ਤੇ ਗਿਆਨ ਦੇਣਾ ਦਾਨ ਜੋ ਗੁਰਮੁਖ ਦਾਤੇ ਜਾਣ ਦਾ ਇਹ ਕੰਮ ਹੈ ਵਿਦਵਾਨਾਂ ਦਾ ਦਾਨ ਵਿਦਿਆ ਦੇਵਣੀ ਸ਼ੁਭ ਮਤ ਦੇਣੀ ਦਾਨ ਮਾਇਆ ਦਾਨ ਜੋ ਮਾਇਆ ਦਾਨੀ ਲੋਕ ਦਾਤਾਂ ਦੇਵ ਦੇ ਦਾਤਾ ਹੋ ਜਿਸ ਜੋਗ ਉਸੇ ਭਾਂਤ ਦਾ ਕਰਦਾ ਹੈ ਉਹ দান-ਦਾਨੇ ਹੋਏ ਕੈ ਪਰ ਜਿਨ੍ਹਾਂ ਨਿਸ਼ਕਾਮ ਹੁੰਦਾ ਦਾਨ ਹੈ ਉਹਨਾਂ ਸੁਖਮ ਇਹ ਜਾਣੋ ਪ੍ਰੇਮ ਹੈ ਹਾਂਜੀ ਪਰ ਜਿਨ੍ਹਾਂ ਨਿਸ਼ਕਾਮ ਹੁੰਦਾ ਦਾਨ ਹੈ ਉਹਨਾਂ ਸੁਖਮ ਇਹ ਜਾਣੋ ਪ੍ਰੇਮ ਹੈ ਆਤਮ ਸਾਧਨ ਵਿੱਚ ਕਰੇ ਸਹਾਇਤਾ ਸਤਵਾਂ ਸਰੂਪ ਪ੍ਰੇਮ ਦਾ ਦਾਨ ਪ੍ਰੇਮ ਦਾ ਰੂਪ ਹੈ ਇੱਕ ਹੋਰਵੇਂ ਪਰ ਸਵਾਰਤ ਦਾ ਪ੍ਰੇਮ ਉਸ ਨੂੰ ਆਖੀਏ ਬਿਰਤੀ ਪਰਉਪਕਾਰ ਹੈ ਜੋ ਧਾਰਨੀ ਇਸ ਦਾ ਪ੍ਰਥਮ ਸਰੂਪ ਇਹ ਹੈ ਜਾਣਨਾ ਸ੍ਰਿਸ਼ਟੀ ਪਰਉਪਕਾਰ ਨਾਲ ਜੋ ਸੇਵਣੀ ਦੇਸ਼ ਕੌਮ ਦੀ ਹੱਦ ਦਿਲੋਂ ਵਿਸਾਰ ਕੇ ਦੂਜਾ ਇਸ ਦਾ ਰੂਪ ਇਹ ਹੈ ਜਾਣਨਾ ਦੇਸ਼ ਕੌਮ ਕੁਲ ਨਾਲ ਨਾਲ ਬਰਾਦਰੀ ਕਰਨਾ ਪਰਉਪਕਾਰ ਤੀਜਾ ਰੂਪ ਹੈ ਜਾਨ ਪ੍ਰਭੂ ਦੀ ਵੰਸ਼ ਹਰ ਮਾਨੁਖ ਨੂੰ ਆਪਣੇ ਜਾਨ ਭਰਾਉ ਸੁਖ ਜੋ ਦੇਵਣਾ ਆਸਤਕ ਮਨ ਦਾ ਭਾਉ ਇਸ ਵਿੱਚ ਹੋਉਂਦਾ ਰਖ ਪ੍ਰਭੂ ਸੱਚੇ ਵੱਲ ਚੁਕਿਆ ਹੈ ਰਹੇ ਪਰ ਹਲਕਤ ਸੰਗ ਪ੍ਰੇਮ ਪ੍ਰਭੂ ਪੁਲਾਏ ਕੇ ਕਰਨੀ ਦੀ ਜੋਕਾਰ ਉਸ ਵਿੱਚ ਅੰਤ ਨੂੰ ਮਨ ਥਕ ਮੋੜਾ ਖਾਏ ਪਰਉਪਕਾਰ ਤੋਂ ਹਾਂਜੀ ਪਰ ਹਲਕਤ ਸੰਗ ਪ੍ਰੇਮ ਪ੍ਰਭੂ ਪੁਲਾਏ ਕੇ ਕਰਨੇ ਦੀ ਜੋਕਾਰ ਉਸ ਵਿੱਚ ਅੰਤ ਨੂੰ ਮਨ ਥਕ ਮੋੜਾ ਖਾਏ ਪਰਉਪਕਾਰ ਤੋਂ ਅਠਵਾਂ ਸਰੂਪ ਹੈ ਪ੍ਰੇਮ ਦਾ ਮੋਹ ਮਮਤਾ ਇੱਕ ਰੂਪ ਇਸ ਦਾ ਹੋਰ ਹੈ ਜੀਵਾਂ ਦੇ ਵਿਚਕਾਰ ਆਪੋ ਵਿੱਚ ਦਾ ਰੱਖਦਾ ਸਦਾ ਨਿਵਾਸ ਕਰੇ ਤੋਰ ਦਾ ਮਾਵਾ ਪਾਲਣ ਬਾਲ ਇਸ ਦੀ ਬਧੀਆਂ ਭੈਣ ਲੱਡਾਵੇ ਵੀਰ ਮੋਹੀ ਇਸ ਦੀ ਮਿੱਤਰ ਮਿੱਤਰ ਦਾ ਪਿਆਰ ਸਖੀ ਸਹੇਲੀਆਂ ਨਾਰ ਪਤਾਰ ਪਿਆਰ ਆਪੋ ਵਿੱਚ ਹੈ ਆਸ਼ਿਕ ਤੇ ਮਾਸ਼ੂਕ ਵਾਲਾ ਪਿਆਰ ਏ ਨੋਵਾਂ ਸਰੂਪ પ્રેમ ਦਾ ਇਸ ਤੋਂ ਉtre ਹੀਟ ਸਵਾਰਥ ਮੋਹ ਦੀ ਫਿਰ ਆਵੇਗੀ ਥਾਂ ਬਹੁਤ ਸਥੂਲ ਵੀ ਕਰਨਾ ਮੋਹ ਪਿਆਰ ਸਵਾਰਥ ਰੱਖ ਕੇ ਇਹ ਹੁੰਦਾ ਹੈ ਮੋਹ ਹੋਮੇ ਨਾਲ ਹੀ ਹਾਂਜੀ ਕਰਨਾ ਮੋਹ ਪਿਆਰ ਸਵਾਰਥ ਰੱਖ ਕੇ ਏ ਹੁੰਦਾ ਹੈ ਮੋਹ ਹਮੇ ਨਾਲ ਹੀ ਦੂਜੇ ਨਾਲ ਨਾ ਮੋਹ ਹੁੰਦਾ ਇਹ ਹੈ ਮਤਲਬ ਕਰਨੇ ਸਿੱਧ ਦਾ ਇਹ ਹੀ ਲੜਾ ਪੁੱਠਾ ਪਾਸਾ ਇਹ ਮਾਨੋ ਪ੍ਰੇਮ ਦਾ ਹੋ ਵਿਪਰੀਤ ਸਰੂਪ ਭੁਲੀਏ ਆਪ ਤੋਂ ਫਿਰ ਕਰ ਬਈਏ ਕਮ ਉਲਟੇ ਪ੍ਰੇਮ ਤੋਂ ਦੂਏ ਨੂੰ ਦੁੱਖ ਦੇ ਸਵਾਰਥ ਸਾ ਦੀਏ ਫਿਰ ਕਰ ਬਈਏ ਕਮ ਉਲਟੇ ਪ੍ਰੇਮ ਤੋਂ ਦੂਏ ਨੂੰ ਦੁੱਖ ਦੇ ਸਵਾਰਥ ਸਾ ਦੀਏ ਦਸਵਾਂ ਸਰੂਪ ਪ੍ਰੇਮ ਦਾ ਇਸ ਮੋਹ ਦੀ ਇੱਕ ਹੋਰ ਬਦਲੇ ਡੋਲ ਹੈ ਭੋਗਾ ਦੇ ਅਧੀਨ ਜੋ ਕਰ ਸੁੱਟਦਾ ਹਾਂਜੀ ਇਸ ਮੋਹ ਦੀ ਇੱਕ ਹੋਰ ਬਦਲੇ ਡੋਲ ਹੈ ਭੋਗਾ ਦੇ ਅਧੀਨ ਜੋ ਕਰ ਸੁੱਟਦਾ ਬਦਲ ਜਦੋਂ ਤੋਂ ਪ੍ਰੇਮ ਬਣਿਆ ਮੋਹ ਸੀ ਦ੍ਰਿਸ਼ਟਮਾਨ ਵਾਲ ਪਿਆਰ ਵੱਧਦਾ ਸੀ ਗਿਆ ਵੱਧਦਾ ਮੋਹ ਇਸ ਡੋਲ ਕਈ ਇੱਕ ਵਾਰ ਹੈ ਵਿਸ਼ੇ ਵਿਕਾਰਾਂ ਵਿੱਚ ਡੋਬੀ ਰੱਖਦਾ ਵਿਸ਼ੇ ਵਿਕਾਰ ਪਿਆਰ ਨਸ਼ੇ ਸ਼ਰਾਬ ਜਿਉ ਆਪਣੇ ਆਪਿਓਂ ਭੁੱਲ ਦੇ ਵਿੱਚ ਪਾਉਂਦਾ 11ਵਾਂ ਸਰੂਪ ਪ੍ਰੇਮ ਦਾ ਪਸ਼ੂ ਬਿਰਤੀ ਦਾ ਪ੍ਰੇਮ ਹੈ ਇਹ 11ਵਾਂ ਪਸ਼ੂਆਂ ਦੇ ਵਿਚਕਾਰ ਕਰੇ ਨਿਵਾਸ ਜੋ ਆਪਣੀ ਆਪਣੀ ਭਾਂਤ ਆਪਣੀ ਜਾਤ ਦੇ ਪਸ਼ੂ ਪੰਖੀ ਸਭ ਜੰਤ ਕਰਦੇ ਮੋਹ ਇਹ ਕਰਦੇ ਤਾਂ ਹਨ ਮੋਹ ਪਰ ਨਹਿ ਜਾਣਦੇ ਹਨ ਬੱਦੇ ਇਸ ਨਾਲ ਸਬੇ ਜੀਵ ਉਹ ਇਹ ਹੁੰਦਾ ਹੈ ਮੋਹ ਠੁੱਲਾ ਬਹੁਤ ਹੀ ਫਿਰ ਜੋ ਜਾयां ਨਾਲ ਕਰਦੇ ਪ੍ਰੇਮ ਉਹ ਸਮਾ ਪਾਏ ਭੁੱਲ ਜਾਏ ਰਹੇ ਨਾ ਯਾਦ ਹੈ ਅੰਸ਼ ਬੁੱਧ ਦੀ ਬਹੁਤ ਇਸ ਵਿੱਚ ਘਟ ਹੈ ਇੱਕ ਉਹ ਜਾਣੋ ਪ੍ਰੇਮ ਦਾ ਪ੍ਰਕਾਸ਼ ਜੋ ਥੂਲ ਮਨਾਉ ਤੇ ਆਏ ਮੋਟਾ ਹੋ ਗਿਆ 12ਵਾਂ ਸਰੂਪ ਪ੍ਰੇਮ ਦਾ ਬ੍ਰਿਤ ਬਨਸਪਤ ਪ੍ਰੇਮ ਹੈ ਵੇ ਬਾਰਮ ਇੱਕ ਦੂਏ ਤੋਂ ਦੂਰ ਬੂਟੇ ਬ੍ਰਿਛ ਜੋ ਖੜੇ ਪਲ ਰਹੇ ਹਨ ਝੂਮ ਝੁਮਾਉਂਦੇ ਪਰ ਇੱਕ ਦੂਏ ਨਾਲ ਹਿਤ ਦੀ ਖਿੱਚ ਹੈ ਅਸਰ ਜੋ ਬੇਮਾਲੂਮ ਅਸਰ ਜੋ ਬੇਮਾਲੂਮ ਹੈ ਉਹ ਰਖ ਦੀ ਕਿਸੇ ਬਾਗ ਤੋਂ ਚੱਕ ਬੂਟੇ ਹੋਰ ਥੇ ਲੈ ਜਾਵੇ ਜੇ ਕੋਏ ਤਦੋਂ ਸਹਾਰ ਦੇ ਵਿਛੜੇ ਦੇ ਦੁੱਖ ਕੁਝ ਕੋ ਕਾਲੇ ਕਿਸੇ ਵਕਤੋਂ ਚੱਕ ਬੂਟੇ ਹੋਰ ਥੇ ਲੈ ਜਾਵੇ ਜੇ ਕੋਏ ਤਦੋਂ ਸਹਾਰ ਦੇ ਵਿਛੜੇ ਦੇ ਦੁਖ ਕੁਝ ਕੋ ਕਾਲੇ ਬਾਜ਼ੇ ਵੇਲੇ ਉਹ ਕੁਝ ਕੁਮਲਾਉਂ ਦੇ ਉੱਪਰ ਵੱਲ ਨੂੰ ਹੋਰ ਸੂਰਜ ਵੱਲ ਨੂੰ ਖਿੱਚ ਇਹਨਾਂ ਦੇ ਵਿੱਚ ਵਸਦੀ ਹੈ ਸਦਾ ਚਾਨਣ ਗਰਮੀ ਨਾਲ ਕਰਦੇ ਪਿਆਰ ਇਹ ਪਾਣੀ ਤਾਈਂ ਖਿੱਚ ਹਣ ਇਹ ਲੈਮਦੇ ਇਸ ਤਰ੍ਹਾਂ ਇੱਕ ਖਿੱਚ ਹੋ ਕੇ ਪ੍ਰੇਮ ਹੈ ਵਿੱਚ ਬਨਸਪਤ ਵਿਆਪ ਰਿਹਾ ਦਿਸਦਾ ਬਹੁਤ ਥੂਲ ਹੈ ਇਹ ਇੱਥੇ ਹੋ ਗਿਆ ਪ੍ਰੇਮ ਦਾ 13ਵਾਂ ਸਰੂਪ ਫਿਰ ਜੜ ਸ੍ਰਿਸ਼ਟੀ ਪ੍ਰੇਮ ਹੈ ਵੇ 13ਵਾਂ ਇੱਕ ਦੂਏ ਵੱਲ ਖਿੱਚ ਤਤ ਸੰਸਾਰ ਦੇ ਕਈ ਇੱਕ ਹਾਲਾਂ ਵਿੱਚ ਹੋਣਗੇ ਰੱਖਦੇ ਆਕਰਖਣ ਹੈ ਰੂਪ ਇਸ ਦਾ ਇਸ ਥਾਂ ਸਾਰਾ ਜੋ ਬ੍ਰਹਿਮੰਡ ਆ셰 ਖਿੱਚਦੇ ਖਿੱਚ ਰਹੀ ਹਮੇਸ਼ ਇਸੇ ਖਿੱਚਦਾ ਜੜਤਾ ਹੈ ਪ੍ਰਧਾਨ ਵਿਚ ਇਸ ਪ੍ਰੇਮ ਦੇ ਚੁੰਬਕ ਪੱਥਰ ਵਿੱਚ ਵੀ ਇੱਕ ਖਿੱਚ ਹੈ ਤਤਾਂ ਤਤਾਂ ਵਿੱਚ ਕਈ ਇੱਕ ਡੋਲ ਹੈ ਖਿੱਚ ਰਹੀ ਹੈ ਵਿਆਪ ਸਾਰੇ ਦੇਖ ਲਓ ਅਣੂ ਪਰਮਾਣੂ ਵਿੱਚ ਵਿਆਪੀ ਖਿੱਚ ਹੈ ਸ਼ਕਤੀ ਕਈ ਇੱਕ ਧਾਰ ਅਨੋਖੀਆਂ ਹਾਲ ਤਾਂ ਬਿਜਲੀ ਮਿਕਨਾਤੀ ਇਸ ਪ੍ਰੇਮ ਪ੍ਰਕਾਸ਼ ਦੀ ਆਰੇ ਪਟ ਸੁਜਾਨ ਕਾਸ਼ੀਨਾਥ ਨੇ ਕੀ ਆ ਨਿਰਾਸ ਰੇ ਏ ਧਰਤੀ ਹੈ ਤੁਰੇ ਜਦੋਂ ਸਥੂਲੀ ਹੋਰ ਨਹੀਂ ਹੈ ਆਸਰਾ ਇਕੋ ਖਿਚ ਜੋ ਆਪ ਆਸਰਾ ਹੈ ਬਣੀ ਸੂਰਜ ਤਾਰੇ ਚੰਦ ਖਿੱਚੇ ਘੁੰਮਦੇ ਤਾਂ ਤੇ ਸਗਲ ਬ੍ਰਹਿਮੰਡ ਇਸੇ ਪ੍ਰੇਮ ਨੇ ਸੁਖਮ ਤੇ ਅਸਥੂਲ ਕਈ ਕੋ ਰੂਪ ਲੈ ਬੰਦਾ ਹੈ ਮर्याਦ ਅੰਦਰ ਸੋਹਣਾ ਹੁਣ ਦੇਖੋ ਕਰ ਸੋਚ ਸਾਰੀ ਕਾਰ ਏ ਤੁਰੇ ਆਸਰੇ ਪ੍ਰੇਮ ਅਨੇਕ ਸਰੂਪ ਲੈ ਪ੍ਰਭੂ ਜੋ ਪ੍ਰੇਮ ਸਰੂਪ ਆਪਣੇ ਪ੍ਰੇਮ ਤੋਂ ਕਾਰਨ ਸ੍ਰਿਸ਼ਟੀ ਆਪ ਬਣਿਆ ਸੋਹਣ ਸ੍ਰਿਸ਼ਟੀ ਦੀ ਮਰਿਆਦ ਸਾਰੀ ਪ੍ਰੇਮ ਦੇ ਆਸ਼ਰਿਤ ਤੁਰਦੀ ਜਾਏ ਬੱਦੀ ਪ੍ਰੇਮ ਦੀ ਜੜ ਵਸਤਾਂ ਦਾ ਮੇਲ ਕਾਰਨ ਪ੍ਰੇਮ ਦੇ ਕਾਰਨ ਹੀ ਇਹ ਫੇਰ ਹੈ ਬਨਰਾਏ ਦਾ ਜੀਵ ਜਨ ਸਭ ਹੋਰ ਆਸ਼ਰਿਤ ਪ੍ਰੇਮ ਦੇ ਮਨੁੱਖਾਂ ਦੇ ਵਿੱਚ ਇਹੋ ਪ੍ਰੇਮ ਹੈ ਲੈ ਕੇ ਕਈ ਸਰੂਪ ਦਿਸੇ ਵਿਆਪਿਆ ਸਾਰੇ ਹੀ ਮਰਿਆਦ ਤੋਰੇ ਪ੍ਰੇਮ ਹੈ ਸੰਤ ਭਗਤ ਅਵਤਾਰ ਗੁਰਮੁਖ ਸੋਹਣੇ ਇਸੇ ਦਾ ਪ੍ਰਕਾਸ਼ ਨਜ਼ਰੀ ਆਉਂਦੇ ਸ਼ਿਖਰੇ ਤੀਕ ਕੌਤੁਕ ਪ੍ਰੇਮ ਹੈ ਖੇੜ ਅਨੂਠੀ ਪ੍ਰੇਮ ਰਿਆ ਖੇੜ ਹੈ ਤਾਈਓ ਹੈ ਵੇ ਆਪ ਸਤਗੁਰ ਆਖਿਆ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਜਤਰ ਤਤਰ ਬਿਰਾਜ ਹੀ ਅਵਤੂਤ ਰੂਪ ਰਸਾਲ ਫਿਰ ਪੜਦੀ ਕਈ ਹੋਰ ਪੱਤਰ ਕੰਤ ਦੇ ਕਹਿੰਦੀ ਗੁੰਝਲ ਢੇਰ ਜਾਪੇ ਹੈ ਪਈ ਸਮਝ ਨਾ ਮੇਰੀ ਸਾਫ ਪਕੜ ਨਾ ਸਕਦੀ ਇਹਨਾਂ ਦੇ ਸੁਭਾਵ ਡੂੰਘੇ ਜਾਪਦੇ ਹੈਸੀ ਐਸਾ ਕੰਤ ਮੇਰਾ ਬੁੱਧ ਦਾ ਪੂਰਾ ਕੋਟ ਜੇ ਆਪ ਹੈਸੀ ਲਿਖਦਾ ਡਾਡੇ ਡੂੰਗੇ ਭੇਦ ਗੁੱਝੇ ਮਾਮਲੇ ਜਿਹੜੇ ਆਗੂ ਰਹਾ ਮੈਨੂੰ ਜਾਪਦੇ ਪਰ ਮੈਂ ਅਜੇ ਅਣਜਾਣ ਸਮਝ ਨਾ ਸਕਦੀ ਸਤ ਸੰਗਤ ਵਿੱਚ ਜਾਉ ਦੀਪਕ ਜੋ ਬਲੇ ਉਸ ਚਾਨਣ ਨੂੰ ਪਾਏ ਫਿਰ ਜੇ ਮੈਂ ਪੜਾਂ ਖਬਰੇ ਤਾਂ ਆ ਜਾਏ ਸੋਜੀ ਅੰਦਰਲੀ ਇੱਕੁਰ ਸੋਚ ਵਿਚਾਰ ਜੋੜੇ ਸਭ ਉਹ ਬਸਤਾ ਉਵੇਂ ਵਲੇਟ ਫਉ ਸਰ ਸੰਬਿਆ ਸਤਸੰਗ ਹੋਵਣ ਬਾਅਦ ਬਾਕੀ ਮੈਂ ਪੜਾਂ ਇੱਕ ਉਰ ਸੋਚ ਵਿਚਾਰ ਰਾਣੀ ਸੀ ਕਰੇ ਅੱਖਾਂ ਨੂੰ ਫਿਰ ਮੀਟ ਹੱਥ ਦੋਏ ਜੋੜ ਕੇ ਪਰ ਸ਼ੁਕਰਾਨੇ ਨਾਲ ਸ਼ੁਕਰਗੁਜ਼ਾਰ ਦੀ ਡਿੱਗੀ ਚਰਨਾ ਵਿੱਚ ਬਿਨ ਉਚਾਰ ਦੀ ਹਰ ਧਾਰੋ ਹਰ ਧਾਰੋ ਕਿਰਪਾ ਕਰ ਕਿਰਪਾ ਲਿਓ ਉਬਾਰੇ ਰਾਮ ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਰਾਮ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਹਰ ਦਿਆਲ ਸਰਣਾਇਆ ਤੂੰ ਦੁਖ ਪਾਂਜਨ ਸਰਬ ਸੁਖ ਦਾਤਾ ਹਮ ਪਾਥਰ ਤਰੇ ਤਰਾਇਆ ਸਤਿਗੁਰ ਭੇਟ ਨਾਮ ਰਸ ਪਾਇਆ ਜਨ ਨਾਨਕ ਨਾਮ ਉਧਾਰੇ ਹਰ ਧਾਰੋ ਹਰ ਧਾਰੋ ਕਿਰਪਾ ਕਰ ਕਿਰਪਾ ਲਿਹੁ ਉਬਾਰੇ ਰਾਮ ਹਮ ਬਾਰਕ ਕਛੂ ਨ ਜਾਣੇ ਗਤ ਮੇ ਤੇਰੇ ਮੂਰਖ ਮੁਗਦ ਐ ਆਣਾ ਹਰ ਕਿਰਪਾ ਧਾਰ ਦੀ ਜਹਿਮਤ ਉਤਮ ਕਰ ਲੀਜੈ ਮੁਗਦ ਸਿਆਣਾ ਬਿਨੇ ਉਚਾਰਨ ਬਾਤ ਤਾਬਿਆ ਬੈਠ ਕੇ ਪ੍ਰੇਮ ਨਾਲ ਗੁਰਪਾਠ ਕੀਤਾ ਰਾਜ ਨੇ ਫਿਰ ਦੋਵੇਂ ਹੱਥ ਜੋੜ ਲੈ ਕੇ ਆ ਗਿਆ ਕੀਤਾ ਤਹਿਲ ਆਪ ਸ੍ਰੀ ਗੁਰੂ ਗ੍ਰੰਥ ਦਾ ਫਿਰ ਦੋਵੇਂ ਹੱਥ ਜੋੜ ਅੱਖਾਂ ਮੀਟ ਕੇ ਕਰਦੀ ਬਿਨੈ ਉਚਾਰ ਨਿਮਰਤ ਵਾਲੜੀ ਧੰਨ ਪ੍ਰਭੂ ਜੀ ਧੰਨ ਮੈਂ ਅਤਨੀਚ ਦੀ ਬਿੰਤੀ ਸੁਣ ਕੇ ਆਪ ਆ ਕੇ ਬਹੁੜੇ ਮੇਰੇ ਵਰਗੀ ਨੀਚ ਭੁੱਲਣ ਵਾਲੜੀ ਮੂਰਖ ਅਦਮ ਅਜਾਣ ਅਦਗੋਂ ਕੁਥੜੀ ਸ਼ਰਦਾ ਹੀਣੀ ਮੂੜ ਸਿੱਧ ਕੋ ਸਖਣੀ ਸਿੱਖੀ ਵਿੱਚ ਨਿਆਣ ਚੰਚਲ ਬਾਲੜੀ ਜਬ ਤਬ ਦਇਆ ਵਿਹੂਨ ਰਹਿ ਜੋ ਸੰਜਮੋ ਉਨ ਧਰਮ ਨਾ ਲੇਸ਼ ਖਾਲੀ ਨੇਕੀਓ ਹੋਰ ਨਹੀਂ ਹੈ ਕੋਏ ਵਿੱਚ ਸੰਸਾਰ ਦੇ ਮੈਂ ਐਸੀ ਤੇ ਆਪ ਭਏ ਕਿਰਪਾਲ ਹੋ ਬਖਸ਼ਿਆ ਗੁਰ ਦੀਦਾਰ ਤੱਕੇ ਪਾਪ ਨਾ ਆਪਣੀ ਕਿਰਪਾ ਧਾਰ ਕਿਰਪਾ ਨਾਲ ਹੀ ਮੂਰਖ ਤੇ ਮੈਂ ਨੀਚ ਬਖਸ਼ ਬਣਾ ਲਈ ਪਾਤਰ ਦਰਸ਼ਨ ਯੋਗ ਸ੍ਰੀ ਗੁਰੂ ਗ੍ਰੰਥ ਦੇ ਮੇਰੇ ਕਰਮ ਕੁਚੀ ਲਾਇਕ ਇਸ ਦੇ ਬਲ ਦੇ ਭਾਂਬੜ ਵਿੱਚ ਮੈਨੂੰ ਸਟੀਏ ਪਰ ਰਹਿਮਤ ਦੇ ਨਾਲ ਮੈਂ ਤੇ ਆਪ ਨੇ ਉਸ ਅਗ ਵਿਚਕਾਰ ਮੇਰੀ ਥਾਂ ਤੇ ਮੇਰੇ ਦਿੱਤੇ ਸਾੜ ਕਰਮ ਨਾ ਖੋਟੜੇ ਪਾਵਨ ਤਾ ਦਾ ਭੇਜ ਅੰਮ੍ਰਿਤ ਆਪ ਨੇ ਕੀਤੀ ਪਤਤ ਪੁਨੀਤ ਪਾਵਨ ਪਿਆਰਿਆ ਦਿੱਤਾ ਫੇਰ ਦਿਖਾਏ ਦਰਸ਼ਨ ਸੋਹਣਾ ਕਰ ਦਰਸ਼ਨ ਗੁਰਨਾਲ ਦਿਲ ਨੂੰ ਖੋਲ ਕੇ ਕੀਤੇ ਬਚਨ ਬिलास ਪਾਈ ਸਿਖਿਆ ਤਾਂਜੀ ਤਨ ਅਕਾਲ ਪੁਰਖ ਕਿਰਪਾਲ ਜੀ ਕਰਨਾ ਪਤਤ ਪੁਨੀਤ ਬਿਰਦ ਇਹ ਹੈ ਤੁਸਾਂ ਕਰ ਆਗਿਆ ਕਿਰਪਾਲ ਤੇਰੇ ਰੂਪ ਦਾ ਹਿਤ ਚਿਤ ਨਾਲ ਪ੍ਰੇਮ ਸਵਾਰਾ ਮੈਂ ਕਰਾਂ ਬਖਸ਼ ਆਗਿਆ ਇਹ ਮੇਰੇ ਹੱਥ ਇਹ ਸੇਵਾ ਕਰਨ ਪੁਨੀਤ ਬਖਸ਼ੀ ਆਪ ਦੀ ਕਿਰਪਾ ਕਰ ਹੋ ਜਾਣ ਹੱਥ ਕਮਾਉਂਦੇ ਸੇਵਾ ਪਰਮ ਪਵਿੱਤਰ ਤੇਰੇ ਜੋਗ ਏ ਮੈਂ ਇਸ ਜੋਗੀ ਨਾ ਹਾਂ ਮੂਲੋਂ ਸੀ ਕਦੀ ਇਹ ਤੇਰੀ ਸਭ ਮੇਰ ਤੇਰੀ ਹੈ ਕਿਰਪਾ ਖਤੇ ਕਮਾਉਣ ਵਿੱਚ ਅਸੀਂ ਨਾ ਰੁਕਦੇ ਬਖਸ਼ਣ ਵਿੱਚ ਕਿਰਪਾਲ ਆਪ ਅਪੁੱਲ ਹੋ ਸ਼ੁਕਰ ਸ਼ੁਕਰ ਲਖਵਾਰ ਕਰੋਣਾ ਵਾਰ ਹੀ ਤੇਰਾ ਸ਼ੁਕਰ ਉਚਾਰ ਕਰਦੀ ਮੈਂ ਰਹਾ ਲੂ ਲੂ ਸ਼ੁਕਰ ਤ੍ਰਿਬੁੱਧ ਤੇਰੇ ਹੀ ਰਹੇ ਬਖਸ਼ੀ ਸ਼ੁਕਰ ਹਮੇ ਸ਼ੁਕਰ ਪਿਆਰਿਆ ਏ ਕਰ ਬਿਨੇ ਉਚਾਰ ਮੁਖਤੋਂ ਗਾਵੰਦੀ ਸਤਗੁਰ ਦਾ ਏ ਵਾਕ ਨਾਲ ਰਹਾਏ ਏ ਅਸੀਂ ਖਤੇ ਬਹੁਤ ਕਮਾਉਂਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵੱਡ ਗੁਨੇਹਗਾਰ ਫਿਰ ਕਰਕੇ ਸਭ ਸੇਵ ਗੁਰੂ ਗ੍ਰੰਥ ਦੀ ਪੋੜਾ ਏ ਹਿਤ ਨਾਲ ਸੋਹਣੀ ਪਾਲ ਕੀ ਕੁਣ ਕਾ ਛੱਕੇ ਆਪ ਛਾਂਦਾ ਆਪਣਾ ਬੋਏ ਦਿੱਤੇ ਖੋਲ ਸਦੀ ਰਾਦ ਕਾ ਦਿੱਤੀ ਆਗਿਆ ਇਹ ਇਸ ਪ੍ਰਸ਼ਾਦ ਨੂੰ ਵੰਡੋ ਸਾਰੇ ਮਹਿਲ ਕੁਝ ਨਾ ਦਸਣਾ ਇਕੁਰ ਹੋਏ ਬਤੀਤ ਕੁਝ ਦਿਨ ਨਰਾਜ ਦੇ ਰੰਗ ਰਤੜੀ ਖਿਚ ਵਿੱਚ ਆਹਰੇ ਆਪਣੇ ਇਕੁਰ ਹੋਏ ਬਤੀਤ ਕੁਝ ਦਿਨ ਨਰਾਜ ਦੇ ਰੰਗ ਰਤੜੀ ਖਿਚ ਵਿੱਚ ਆਹਰੇ ਆਪਣੇ ਗੁਰੂ ਰੂਪਿਆਰੀ ਸਾਧ ਸੰਗਤ ਜੀ ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ